ਇਹ ਜੀ ਤੁਹਾਨੂੰ ਆਲਰੇਡੀ ਪਤਾ ਇੱਕ ਰੀਸੈਂਟਲੀ ਵਾਰਦਾਤ ਹੋਈ ਆ ਹੀਰਾ ਪਿੰਡ ਏਅਰਪੋਰਟ ਰੋਡ 'ਤੇ FIR ਨੰਬਰ 65 ਰਜਿਸਟਰਡ ਹੋਈ ਸੀ 379B ਅਤੇ ਆਰਮਸ ਐਕਟ 'ਚ ਜਿਹਦੇ ਵਿੱਚ ਫਾਈਨਾਂਸ ਕੰਪਨੀ ਦੇ ਕੁਝ ਵਰਕਰ ਆ ਰਹੇ ਸੀ ਉਹਨਾਂ ਦੇ ਕੋਲੋਂ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ 'ਤੇ ਉਹਨਾਂ ਨੂੰ ਰੋਕ ਕੇ ਪਹਿਲਾਂ ਫਾਇਰ ਕੀਤਾ ਫਿਰ ਉਹਨਾਂ ਕੋਲੋਂ ਪੈਸੇ ਖੋਏ ਉਸ ਤੋਂ ਬਾਅਦ ਮਾਨਯੋਗ CP ਸਾਹਿਬ ਦੀਆਂ ਆਲਰੇਡੀ ਹਦਾਇਤਾਂ ਆ ਜੀ ਪ੍ਰਵੈਂਸ਼ਨ ਔਰ ਡਿਟੈਕਸ਼ਨ ਆਫ ਕ੍ਰਾਈਮ 'ਤੇ ਟੀਮ ਕੰਸਟੀਟਿਊਟ ਕੀਤੀ ਗਈ ਜਿਹਦੇ ਵਿੱਚ ਮਨਮੋਹਨ ਸਿੰਘ ਔਲਖ SPCT ਨੇ ਕਮਲਜੀਤ ਸਿੰਘ ACP ਨੇ ਔਰ ਸਾਡੇ CI2 ਦੇ ਇੰਚਾਰਜ ਦਿਲਬਾਗ ਸਿੰਘ ਅਤੇ ਕੁਲਜੀਤ ਸਾਡੇ ਹੈਗੇ ਆ SHO ਏਅਰਪੋਰਟ ਇਸ ਟੀਮ ਨੇ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਜੀ ਇਹਨੂੰ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਨਾਲ ਇਹਨੂੰ ਡਿਵੈਲਪ ਕਰਕੇ ਇਹਨੂੰ ਟਰੇਸ ਕੀਤਾ CCTV ਫੁਟੇਜ ਖੰਗਾਲੀਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਹਿਊਮਨ ਇੰਟੈਲੀਜੈਂਸ ਦੇ ਬੇਸ 'ਤੇ ਇਹ ਦੋ ਜਣੇ ਅਰੈਸਟ ਕੀਤੇ ਆ ਅੰਮ੍ਰਿਤਪਾਲ ਸਿੰਘ ਭਾਲਾ ਅਤੇ ਅਵਤਾਰ ਸਿੰਘ ਵਿਸ਼ਾਲ ਇਹ ਦੋਨੋਂ ਗੁਰੂ ਕੀ ਬਡਾਲੀ ਸ਼ਹਿਟਾ ਦੇ ਰਹਿਣ ਵਾਲੇ ਆ ਜੀ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਪਿਸਟਲ ਵਰਤਿਆ ਸੀ 32 ਬੋਰ ਦਾ ਪਿਸਟਲ 2 ਮੈਗਜ਼ੀਨ ਔਰ 6 ਜਿਹੜੇ ਜਿੰਦਾ ਕਾਰਤੂਸ ਔਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਆ ਵਾਰਦਾਤ 'ਚ ਉਹ ਇਹਨਾਂ ਕੋਲ ਰਿਕਵਰ ਕੀਤਾ ਬਤੌਰ ਐਵੀਡੈਂਸ ਔਰ ਦੋਨਾਂ ਦੀ ਅਰੈਸਟ ਪਾਈ ਆ ਔਰ ਹੁਣ ਇਹਨਾਂ ਨੂੰ ਪੇਸ਼ ਕੀਤਾ ਸੀ ਤਾਂ ਇਹਨਾਂ ਦਾ 4 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲਿਆ ਮੋਟਰਸਾਈਕਲ ਅਜੇ ਵੈਰੀਫਾਈ ਕਰ ਰਹੇ ਹਾਂ ਜੀ ਕਿਉਂਕਿ ਅੱਜ ਫਸਟ ਡੇ ਇਹਨਾਂ ਦੀ ਅਰੈਸਟ ਆ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਚੈੱਕ ਕਰ ਜਿਹੜੀ ਬੇਸਿਕਲੀ ਬਿਲਕੁਲ ਤੁਸੀਂ ਠੀਕ ਕਿਹਾ ਇਹ ਟੀਮ ਨੇ ਵਰਕ ਵੀ ਇਸੇ ਲਾਈਨ 'ਤੇ ਕੀਤਾ ਵੀ ਇਹਨਾਂ ਨੇ ਜਦੋਂ CCTV ਫੁਟੇਜ ਸਾਡੀਆਂ ਇਹਨਾਂ ਦੀਆਂ ਦੇਖੀਆਂ ਐਗਜ਼ਾਮਿਨ ਕੀਤੀਆਂ ਪਲੱਸ ਜਿਹੜੇ ਬੇਲ ਆਊਟ ਡਾਟਾ ਕ੍ਰਿਮੀਨਲਸ ਦਾ ਉਹ ਇਹਨਾਂ ਨੇ ਚੱਕਿਆ ਔਰ ਦੈਨ ਹਿਊਮਨ ਇੰਟੈਲੀਜੈਂਸ ਦੇ ਵਿੱਚੋਂ ਆਇਡੈਂਟੀਫਾਈ ਕੀਤੇ ਮਤਲਬ ਬੜੀ ਐਲੀਜੈਂਟ ਵੇ 'ਚ ਇਹਨੂੰ ਬ੍ਰੇਕ ਕੀਤਾ ਜੀ